ਪਿਛਲੀ ਰਾਤ 30/8/2024 ਨੂੰ ਵਕਤ 11 ਵਜੇ ਦਾ ਹੋਊਗਾ, ਸ਼੍ਰੀ ਬਲਕੌਰ ਸਿੰਘ ਜਿਹੜੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਉਹਨਾਂ ਦੇ ਨਾਲ ਸੁਰੱਖਿਆ 'ਚ ਤੈਨਾਤ 3 ਪੁਲਿਸ ਕਰਮਚਾਰੀਆਂ ਦੀ ਆਪਸ 'ਚ ਲੜਾਈ ਹੋਈ ਹੈ। ਕਾਂਸਟੇਬਲ ਗੁਰਦੀਪ ਸਿੰਘ 1st ਕਮਾਂਡੋ ਬਟਾਲੀਅਨ ਵੱਲੋਂ, ਕਾਂਸਟੇਬਲ ਅਰੁਣ ਕੁਮਾਰ 4th IRP ਵੱਲੋਂ ਅਤੇ ਕਾਂਸਟੇਬਲ ਵਿਕਰਮ ਸਿੰਘ 5th IRP ਵੱਲੋਂ ਸੁਰੱਖਿਆ ਡਿਊਟੀ ਲਈ ਉਹਨਾਂ ਦੇ ਨਾਲ ਤਾਇਨਾਤ ਨੇ। ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਪਹਿਲਾਂ ਆਪਸ 'ਚ ਤਕਰਾਰਬਾਜ਼ੀ ਹੋਈ, ਫਿਰ ਇੱਕ ਦੂਜੇ ਨਾਲ ਜਿਹੜਾ ਹੈਗਾ ਭੜਕਾਣ ਜਾ ਕੇ ਇਹਨਾਂ ਨੇ ਆਪਸ 'ਚ ਲੜਾਈ ਕੀਤੀ। ਗੁਰਦੀਪ ਸਿੰਘ ਨੇ ਦੱਸਿਆ ਵੀ ਅਰੁਣ ਕੁਮਾਰ ਦੇ ਜਿਹੜਾ ਹੱਥ ਪਾਇਆ ਕੜਾ ਸੀ ਉਹਦੇ ਨਾਲ ਉਹਦੇ ਸਿਰ 'ਚ ਸੱਟ ਵੱਜੀ ਹੈ ਅਤੇ ਉਹ ਸੱਟ ਕਾਰਨ ਉਹ ਹੋਸਪਿਟਲ ਦਾਖਲ ਹੈ। ਅੱਗੇ ਜਿਹੜੀ ਹੈਗੀ ਪੜਤਾਲ ਡੂੰਘਾਈ ਨਾਲ ਕੀਤੀ ਜਾ ਰਹੀ ਹੈ, ਜਿਹਦਾ ਜਿਹੋ ਜਿਹਾ ਕਸੂਰ ਹੋਊਗਾ, ਜਿਹੋ ਜਿਹੇ ਹਾਲਾਤ ਸਾਹਮਣੇ ਆਉਣਗੇ, ਉਹੀ ਜੀ ਕਾਨੂੰਨੀ ਅਤੇ ਨਾਲ ਦੀ ਨਾਲ ਮਹਿਕਮਾ ਨਾਲ ਕਾਰਵਾਈ ਕੀਤੀ ਜਾਊ। ਲੜਾਈ ਦਾ ਕਾਰਨ ਕੀ ਰਿਹਾ ਜੀ? ਲੜਾਈ ਦਾ ਕੋਈ ਆਪਸ ਨਿੱਜੀ ਮਸਲੇ ਨੂੰ ਲੈ ਕੇ ਤਕਰਾਰ ਹੋਈ ਹੈ, ਬਾਕੀ ਹਲੇ ਇੱਕ ਵਾਰੀ ਪੜਤਾਲ ਹੋ ਕੇ ਸਾਨੂੰ ਪਤਾ ਲੱਗੂਗਾ ਵੀ ਕਿਹੜੀ ਵਜ੍ਹਾ ਤੋਂ ਕਿਉਂ ਇੰਨਾ ਗੁੱਸੇ 'ਚ ਹੈ, ਕਿਉਂ ਲੜੇ। ਉਹ ਜਿਹੜੇ ਦੋਸ਼ੀ ਜਿਨ੍ਹਾਂ 'ਤੇ ਦੋਸ਼ ਲਾਏ ਉਹਨਾਂ ਨੂੰ ਹਿਰਾਸਤ 'ਚ ਲਿਆ ਕੁਛ ਨਹੀਂ? ਹਲੇ ਕਿਸੇ ਨੂੰ ਹਿਰਾਸਤ 'ਚ ਲਿਆ ਹੈਗਾ ਅਤੇ ਨਾ ਕੋਈ ਹਲੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੋਈ ਜਿਹੜਾ ਹੈਗਾ ਕੋਈ ਅਫੈਂਸ ਨੂੰ ਕਾਬਲ ਦੱਸ ਦਿੰਦਾ ਜੀ ਕੋਈ ਜੁਰਮ ਕਹਿੰਦੇ ਇਹੋ ਦਾ ਹੋਣਾ ਪਾਇਆ ਗਿਆ ਉਹਦੀ ਸੱਟਾਂ ਨੇ ਅਤੇ ਨਹੀਂ 10 ਟਾਂਕੇ ਲੱਗੇ ਜੀ ਹੁਣ ਤੱਕ ਉਹਦੇ ਬਿਆਨ ਹੈ ਜਿਹੜੇ ਕਿਉਂ ਹੁਣ ਬਿਆਨ ਦਰਜ ਹੋਏ? ਸ਼ਰਮਾ ਜੀ ਜਿਹੜੇ ਬਿਆਨ ਦੀ ਗੱਲ ਹੈ ਉਹ ਜਦੋਂ ਸਾਨੂੰ ਹੋਸਪਿਟਲ ਵਾਲਿਆਂ ਨੇ ਰੁਕਾ ਭੇਜਿਆ ਮਤਲਬ ਗਿਆ ਤੁਰੰਤ ਜਿਹੜਾ ਹੈਗਾ ਪੁਲਿਸ ਹੈਗੀ ਜਿਹੜੀ ਮੌਕੇ 'ਤੇ ਆ ਗਈ ਹੈ, ਈਵਨ SHO ਖੁਦ ਪੜਤਾਲ ਕਰ ਰਿਹਾ ਹੈ, ਸਾਡੇ ਪਾਰਟ ਤੋਂ ਕੋਈ ਡਿਲੇ ਨਹੀਂ ਹੈਗੀ। ਦੂਜੀ ਗੱਲ ਤੁਸੀਂ ਕਹਿੰਦੇ ਟਾਂਕਿਆਂ ਦੀ, ਦੇਖੋ ਟਾਂਕਿਆਂ ਦੀ ਗਿਣਤੀ ਦੇ ਨਾਲ ਅਫੈਂਸ ਨਹੀਂ ਬਣਦਾ, ਅਫੈਂਸ ਜਿਹੜਾ ਹੈਗਾ ਡਾਕਟਰ ਦੀ ਓਪੀਨੀਅਨ 'ਤੇ ਬਣਨਾ ਹੈ। ਡਾਕਟਰ ਸਾਹਿਬ ਕੀ ਲਿਖਦੇ ਨੇ, ਸੱਟ ਦੀ ਨੇਚਰ ਕੀ ਹੈ, ਸੱਟ ਕਿਹੜੇ ਵੈਪਨ ਦਾ, ਉਹਦੇ ਆਧਾਰ 'ਤੇ ਕਾਰਵਾਈ ਹੁੰਦੀ ਹੈ। ਨਾਗੇ ਪਰ ਕਾਰਵਾਈ ਹੋ ਰਹੀ ਡੈਫੀਨੇਟਲੀ ਹੋ ਰਹੀ, ਨਾਲ ਮਹਿਕਮਾ ਨਾਲ ਵੀ ਕਰਾਂ ਕਿਉਂਕਿ ਡਿਸਿਪਲਿਨ ਫੋਰਸ ਦੇ ਮੈਂਬਰ ਅਤੇ ਉਹਨਾਂ ਦੀ ਜਗ੍ਹਾ ਕੋਈ ਗਨਮੈਨ ਰਿਪਲੇਸ ਕੀਤੀ ਹੈ, ਜਦੋਂ ਕਿ ਹੁਣ ਉਹ ਐਡੀ ਵੱਡੀ ਸਿਕਿਉਰਿਟੀ ਦਾ ਮਸਲਾ ਹੈ ਜੇ ਉੱਥੇ ਇਹੋ ਜਿਹਾ ਨਹੀਂ। ਸੁਰੱਖਿਆ ਬ੍ਰੀਜ ਸਿਕਿਉਰਿਟੀ ਬ੍ਰੀਜ ਤਾਂ ਕੋਈ ਮਸਲਾ ਨਹੀਂ ਹੈਗਾ, ਸਿਕਿਉਰਿਟੀ ਬ੍ਰੀਜ ਤਾਂ ਰਾਤ ਨੂੰ ਡਿਊਟੀ ਤੋਂ ਆਫ ਸੀਗੇ ਜਦੋਂ ਲੜੇ ਨੇ, ਕੋਈ ਸਿਕਿਉਰਿਟੀ ਬ੍ਰੀਜ ਨਹੀਂ ਹੋਇਆ ਹੈਗਾ, ਠੀਕ ਹੈ ਨਾ। ਬਾਕੀ ਹਾਂ ਜਿਹੜਾ ਜਿਹੜੀ ਗਲਤੀ ਪਾਈ ਗਈ ਉਹਨੂੰ ਬਦਲ ਦਿਆਂਗੇ। ਪਿਛਲੀ ਰਾਤ 30/8/2024 ਨੂੰ ਵਕਤ 11 ਵਜੇ ਦਾ ਹੋਊਗਾ, ਸ਼੍ਰੀ ਬਲਕੌਰ ਸਿੰਘ ਜਿਹੜੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਉਹਨਾਂ ਦੇ ਨਾਲ ਸੁਰੱਖਿਆ 'ਚ ਤੈਨਾਤ 3 ਪੁਲਿਸ ਕਰਮਚਾਰੀਆਂ ਦੀ ਆਪਸ 'ਚ ਲੜਾਈ ਹੋਈ ਹੈ। ਕਾਂਸਟੇਬਲ ਗੁਰਦੀਪ ਸਿੰਘ 1st ਕਮਾਂਡੋ ਬਟਾਲੀਅਨ ਵੱਲੋਂ, ਕਾਂਸਟੇਬਲ ਅਰੁਣ ਕੁਮਾਰ 4th IRP ਵੱਲੋਂ ਅਤੇ ਕਾਂਸਟੇਬਲ ਵਿਕਰਮ ਸਿੰਘ 5th IRP ਵੱਲੋਂ ਸੁਰੱਖਿਆ ਡਿਊਟੀ ਲਈ ਉਹਨਾਂ ਦੇ ਨਾਲ ਤਾਇਨਾਤ ਨੇ। ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਪਹਿਲਾਂ ਆਪਸ 'ਚ ਤਕਰਾਰਬਾਜ਼ੀ ਹੋਈ, ਫਿਰ ਇੱਕ ਦੂਜੇ ਨਾਲ ਜਿਹੜਾ ਹੈਗਾ ਭੜਕਾਣ ਜਾ ਕੇ ਇਹਨਾਂ ਨੇ ਆਪਸ 'ਚ ਲੜਾਈ ਕੀਤੀ। ਗੁਰਦੀਪ ਸਿੰਘ ਨੇ ਦੱਸਿਆ ਵੀ ਅਰੁਣ ਕੁਮਾਰ ਦੇ ਜਿਹੜਾ ਹੱਥ ਪਾਇਆ ਕੜਾ ਸੀ ਉਹਦੇ ਨਾਲ ਉਹਦੇ ਸਿਰ 'ਚ ਸੱਟ ਵੱਜੀ ਹੈ ਅਤੇ ਉਹ ਸੱਟ ਕਾਰਨ ਉਹ ਹੋਸਪਿਟਲ ਦਾਖਲ ਹੈ। ਅੱਗੇ ਜਿਹੜੀ ਹੈਗੀ ਪੜਤਾਲ ਡੂੰਘਾਈ ਨਾਲ ਕੀਤੀ ਜਾ ਰਹੀ ਹੈ, ਜਿਹਦਾ ਜਿਹੋ ਜਿਹਾ ਕਸੂਰ ਹੋਊਗਾ, ਜਿਹੋ ਜਿਹੇ ਹਾਲਾਤ ਸਾਹਮਣੇ ਆਉਣਗੇ, ਉਹੀ ਜੀ ਕਾਨੂੰਨੀ ਅਤੇ ਨਾਲ ਦੀ ਨਾਲ ਮਹਿਕਮਾ ਨਾਲ ਕਾਰਵਾਈ ਕੀਤੀ ਜਾਊ। ਲੜਾਈ ਦਾ ਕਾਰਨ ਕੀ ਰਿਹਾ ਜੀ? ਲੜਾਈ ਦਾ ਕੋਈ ਆਪਸ ਨਿੱਜੀ ਮਸਲੇ ਨੂੰ ਲੈ ਕੇ ਤਕਰਾਰ ਹੋਈ ਹੈ, ਬਾਕੀ ਹਲੇ ਇੱਕ ਵਾਰੀ ਪੜਤਾਲ ਹੋ ਕੇ ਸਾਨੂੰ ਪਤਾ ਲੱਗੂਗਾ ਵੀ ਕਿਹੜੀ ਵਜ੍ਹਾ ਤੋਂ ਕਿਉਂ ਇੰਨਾ ਗੁੱਸੇ 'ਚ ਹੈ, ਕਿਉਂ ਲੜੇ।
ਉਹ ਜਿਹੜੇ ਦੋਸ਼ੀ ਜਿਨ੍ਹਾਂ 'ਤੇ ਦੋਸ਼ ਲਾਏ ਉਹਨਾਂ ਨੂੰ ਹਿਰਾਸਤ 'ਚ ਲਿਆ ਕੁਛ ਨਹੀਂ, ਹਾਲੇ ਕਿਸੇ ਨੂੰ ਹਿਰਾਸਤ 'ਚ ਲਿਆ ਹੈਗਾ ਅਤੇ ਨਾ ਕੋਈ ਹਾਲੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੋਈ ਜਿਹੜਾ ਹੈਗਾ ਕੋਈ ਅਫੈਂਸ ਨੂੰ ਕਾਬਲ ਦੱਸਣ ਦਾ ਜੀ ਕੁਛ ਜੁਰਮ ਕਹਿੰਦੇ ਇਹੋ ਜਿਹਾ ਹੋਣਾ ਪਾਇਆ ਗਿਆ ਸ਼ੱਕਾਂ ਨੇ ਅਤੇ ਨਹੀਂ 10 ਟਾਂਕੇ ਲੱਗੇ ਆ ਜੀ ਹੁਣ ਤੱਕ ਉਹਦੇ ਬਿਆਨ ਹੈ ਜਿਹੜੇ ਕਿਉਂ ਹੁਣ ਬਿਆਨ ਦਰਜ ਹੋਏ ਸ਼ਰਮਾ ਜੀ ਜਿਹੜੇ ਬਿਆਨ ਦੀ ਗੱਲ ਹੈ ਉਹ ਜਦੋਂ ਸਾਨੂੰ ਹੋਸਪਿਟਲ ਵਾਲਿਆਂ ਨੇ ਰੁਕਾ ਭੇਜਿਆ ਪਤਾ ਲੱਗਿਆ ਤੁਰੰਤ ਜਿਹੜਾ ਹੈਗਾ ਪੁਲਿਸ ਹੈਗੀ ਜਿਹੜੀ ਮੌਕੇ 'ਤੇ ਆ ਗਈ ਹੈ ਈਵਨ ਐਸ ਐਚ ਓ ਖੁਦ ਪੜਤਾਲ ਕਰ ਰਿਹਾ ਹੈ ਸਾਡੇ ਪਾਰਟ 'ਤੇ ਕੋਈ ਡਿਲੇ ਨਹੀਂ ਹੈਗੀ। ਦੂਜੀ ਗੱਲ ਤੁਸੀਂ ਕਹਿੰਦੇ ਟਾਂਕਿਆਂ ਦੀ, ਦੇਖੋ ਟਾਂਕਿਆਂ ਦੀ ਗਿਣਤੀ ਦੇ ਨਾਲ ਅਫੈਂਸ ਨਹੀਂ ਬਣਦਾ, ਅਫੈਂਸ ਜਿਹੜਾ ਹੈਗਾ ਡਾਕਟਰ ਦੀ ਓਪੀਨੀਅਨ 'ਤੇ ਬਣਨਾ ਹੈ। ਡਾਕਟਰ ਸਾਹਿਬ ਕੀ ਲਿਖਦੇ ਨੇ, ਸੱਟ ਦੀ ਨੇਚਰ ਕੀ ਹੈ, ਸੱਟ ਕਿਹੜੇ ਵੈਪਨ ਉਹਦੇ ਆਧਾਰ 'ਤੇ ਕਾਰਵਾਈ ਹੁੰਦੀ ਨਾ ਗਿਆ ਬਣ ਕਾਰਵਾਈ ਹੋ ਰਹੀ ਡੈਫੀਨੇਟਲੀ ਹੋ ਰਹੀ ਨਾਲ ਮਹਿਕਮਾ ਵੀ ਕਰਾਂਗੇ ਕਿਉਂਕਿ ਡਿਸਿਪਲਿਨ ਫੋਰਸ ਦੇ ਮੈਂਬਰ ਉਹਨਾਂ ਦੀ ਜਗ੍ਹਾ ਕੋਈ ਗਨਮੈਨ ਰਿਪਲੇਸ ਕੀਤੀ ਹੈ ਜਦੋਂ ਕਿ ਹੁਣ ਉਹ ਐਡੀ ਵੱਡੀ ਸਿਕਿਉਰਿਟੀ ਦਾ ਮਸਲਾ ਹੈ ਜੇ ਉੱਥੇ ਇਹੋ ਜਿਹਾ ਨਹੀਂ ਸੁਰੱਖਿਆ ਬ੍ਰੀਜ ਸਿਕਿਉਰਿਟੀ ਬ੍ਰੀਜ ਤਾਂ ਕੋਈ ਮਸਲਾ ਨਹੀਂ ਹੈਗਾ। ਸਿਕਿਉਰਿਟੀ ਬ੍ਰੀਜ ਤਾਂ ਰਾਤ ਨੂੰ ਡਿਊਟੀ ਤੋਂ ਆਫ ਸੀਗੇ ਜਦੋਂ ਲੜੇ ਨੇ, ਕੋਈ ਸਿਕਿਉਰਿਟੀ ਬ੍ਰੀਜ ਨਹੀਂ ਹੋਇਆ ਹੈਗਾ ਠੀਕ ਹੈ ਨਾ। ਬਾਕੀ ਹਾਂ ਜਿਹੜੇ ਜਿਹੜਾ ਜਿਹੜੀ ਗਲਤੀ ਪਾਈ ਗਈ ਉਹਨੂੰ ਬਦਲ ਦੇਣਗੇ।